ਸਸ਼ਕਾਲ ਦੋਸਤੋ ਮੈਂ ਗਾਇਨ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੇਸੀ ਚੈਨਲ ਤੇ ਅੱਜ ਪਹੁੰਚ ਚੁੱਕੇ ਹਾਂ ਤਰਸੇਮ ਜੱਸੜ ਤੇ ਨੀਰੂ ਬਾਜਵਾ ਦੀ ਫਿਲਮ ਮਾਂ ਦੇ ਨਾਟਕ ਦੇ ਸਪੈਸ਼ਲ ਪ੍ਰੀਮੀਅਰ ਦੇ ਉੱਪਰ ਔਰ ਫਿਲਮ ਦੇਖ ਕੇ ਤੁਹਾਨੂੰ ਬਹੁਤ ਜ਼ਿਆਦਾ ਮਜ਼ਾ ਆਉਣ ਵਾਲਾ ਹੈ ਕਿਉਂਕਿ ਫਿਲਮ ਦੇ ਵਿੱਚ ਬਹੁਤ ਜ਼ਿਆਦਾ ਲਾਫਟਰ ਹੋਣ ਵਾਲੀ ਹੈ ਔਰ ਰਿਪਿਕਾ ਠਾਕੁਰ ਰੂਪੀ ਗਿੱਲ ਰੁਪਿੰਦਰ ਰੂਪੀ ਮੈਮ ਨੇ ਬਹੁਤ ਖੂਬਸੂਰਤ ਕੰਮ ਕੀਤਾ ਹੈ ਸੋ ਵੈਲ ਨੇ ਚੱਲਦੇ ਹਾਂ ਦੇਖਦੇ ਹਾਂ ਇੰਡਸਟਰੀ ਤੋਂ ਕਿਹੜੇ ਕਿਹੜੇ ਆਰਟਿਸਟ ਤਰਸੇਮ ਜੱਸੜ ਦੀ ਇਸ ਫਿਲਮ ਨੂੰ ਦੇਖਣ ਲਈ ਪਹੁੰਚੇ ਨੇ ਸੋ ਹੁਣ ਸਾਡੇ ਨਾਲ ਨੇ ਮਿਊਜ਼ਿਕ ਡਾਇਰੈਕਟਰ ਗੁਰਮੋਹ ਵੈਲਕਮ ਟੂ ਦੇਸੀ ਚੈਨਲ ਥੈਂਕ ਯੂ ਸੋ ਮਚ ਜੀ ਕੀ ਮੈਨੂੰ ਲੱਗੀ ਮਾਦਾ ਲਾਡ ਮੈਨੂੰ ਬਹੁਤ ਫਿਲਮ ਵਧੀਆ ਲੱਗੀ ਮਤਲਬ ਰੀਅਲੀ ਮਤਲਬ ਸਟਾਰਟ ਤੋਂ ਲੈ ਕੇ ਐਂਡ ਤੱਕ ਸੁਪਰ ਮਜ਼ਾ ਆ ਗਿਆ ਰੀਅਲੀ ਰੀਅਲੀ ਮਤਲਬ ਕਿ ਐਂਟਰਟੇਨਿੰਗ ਤਾਂ ਸੀਗੀ ਮਤਲਬ ਲਿਖੀ ਵੀ ਸੋਹਣੀ ਹੈ ਡਾਇਰੈਕਸ਼ਨ ਵੀ ਸੋਹਣੀ ਹੈ ਸਾਰੇ ਐਕਟਰਾਂ ਨੇ ਪਰਫਾਰਮ ਬਹੁਤ ਸੋਹਣਾ ਕੀਤਾ ਮੈਂ ਸੁਪਰ ਬਹੁਤ ਵਧੀਆ ਲੱਗੀ ਮੈਨੂੰ ਔਰ ਜਿਹੜਾ ਮਿਊਜ਼ਿਕ ਡਾਇਰੈਕਟਰ ਹੁੰਦਾ ਨਾ ਉਹਦਾ ਫੋਕਸ ਹਮੇਸ਼ਾ ਮਿਊਜ਼ਿਕ ਦੇ ਵਿੱਚ ਵੀ ਰਹਿੰਦਾ ਹੈਗਾ ਕਿ ਇਸ ਫਿਲਮ ਤੇ ਆ ਰਹੀ ਹੈਗੀ ਬਟ ਮੇਰਾ ਮਿਊਜ਼ਿਕ ਦੇ ਉੱਪਰ ਦੇਖਾਂ ਦਾ ਕੀ ਵੇਰੀਏਸ਼ਨਸ ਆ ਰਹੀਆਂ ਨੇ ਕਿਉਂਕਿ ਐਕਟਿੰਗ ਦੇ ਵਿੱਚ ਤਾਂ ਬਹੁਤ ਸੇਮ ਦੀ ਵੇਰੀਏਸ਼ਨ ਦੇਖੀ ਮਿਊਜ਼ਿਕ ਕਿਦਾਂ ਦਾ ਲੱਗਿਆ ਪਰਸਨਲੀ ਕਿਹੜਾ ਫੇਵਰਿਟ ਸੌਂਗ ਤੁਹਾਨੂੰ ਲੱਗਿਆ ਐਕਚੁਅਲੀ ਟਾਈਟਲ ਟਰੈਕ ਵੀ ਬਹੁਤ ਸੋਹਣਾ ਆ ਫਿਲਮ ਦੇ ਬਾਕੀ ਜਿਹੜੇ ਦੋ ਤਿੰਨ ਗਾਣੇ ਵੀ ਬਹੁਤ ਖੂਬਸੂਰਤ ਆ ਵਾਜ਼ਿਰ ਸਾਹਿਬ ਨੇ ਬਹੁਤ ਸੋਹਣਾ ਕੀਤਾ ਜੂ ਸਾਹਿਬ ਨੇ ਬਹੁਤ ਸੋਹਣਾ ਕੰਮ ਕੀਤਾ ਟਾਈਟਲ ਟਰੈਕ ਬਹੁਤ ਸੋਹਣਾ ਆ ਮਤਲਬ ਇੱਕ ਫਰੈਸ਼ ਸਾਊਂਡ ਕਹਿ ਲਓ ਉਹ ਹੈ ਤੇ ਉਹ ਫਰੈਸ਼ ਸਾਊਂਡ ਆਲਵੇਜ਼ ਕੁਝ ਵੀ ਕਰੋ ਸੋਹਣਾ ਲੱਗਦਾ ਹੁੰਦਾ ਉਹ ਬੈਕਗ੍ਰਾਉਂਡ ਸਕੋਰ ਵੀ ਮੈਨੂੰ ਬਹੁਤ ਸੋਹਣਾ ਲੱਗਾ ਮਤਲਬ ਰੀਲੀ ਗੁੱਡ ਓਕੇ ਸੋ ਗੁਰਮੋਹ ਬੈਚ 2013 ਦੇ ਵਿੱਚ ਤੁਹਾਡੇ ਗੀਤਾਂ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ 뮤직 ਨੂੰ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਐਂਡ ਉਹ ਇੱਕ ਫੇਵਰਿਟ ਦਾ ਗਾਣਾ ਸਭ ਦਾ ਜਿਹੜੇ ਤੁਹਾਡੀ ਤੇ ਦਿਲਜੀਤ ਦੀ ਵੀ ਕੈਮਿਸਟਰੀ ਹੈਗੀ ਉਹ ਲੋਕ ਬਹੁਤ ਐਡਮਾਇਰ ਕਰਦੇ ਨੇ ਸੋ ਹੁਣ ਕਿਹੜੇ ਪਲਾਨਿੰਗ ਨੇ ਦਿਲਜੀਤ ਨਾਲ ਮੁੜ ਕੇ ਕੋਈ ਗਾਣਾ ਆ ਰਿਹਾ ਹੈ ਜਾਂ ਕੋਈ ਡਿਵੋਸ਼ਨਲ ਟਰੈਕ ਹੈ ਦਿਲਜੀਤ ਨਾਲ ਤੁਸੀਂ ਪਲਾਨ ਕਰ ਰਹੇ ਹੋ ਦਲਜੀਤ ਭਾਈ ਨਾਲ ਹਾਂਜੀ ਮਤਲਬ ਲੈਟਸ ਸੀ ਉਹ ਹਰਮਨ ਸਾਹਿਬ ਦਾ ਕਾਲ ਆ ਜਾਣਾ ਮੈਨੂੰ ਬਸ ਮੇਰੇ ਕਹਿਣ ਨਾਲ ਹੋਰ ਕੁਝ ਹਫ਼ਤੇ ਤੱਕ ਤੇ ਕੋਈ ਇੱਕ ਅੱਧਾ ਟਰੈਕ ਤਾਂ ਕਰਾਂਗੇ ਹਲੇ ਕੋਈ ਗੱਲ ਨਹੀਂ ਹੋਈ ਬਟ ਮਤਲਬ ਆਈ ਥਿੰਕ ਡੈਫੀਨਿਟਲੀ ਹੋਏਗਾ ਜੇ ਮੇਰੇ ਨਾਲ ਹੀ ਕਰਨਗੇ ਭਾਈ ਕਿਸੇ ਨਾਲ ਤਾਂ ਕਰਨਗੇ ਉਹ ਇੱਕ ਉਹਨਾਂ ਦਾ ਇੱਕ ਹੈਗਾ ਹੈ ਕਿ ਉਹ ਮਤਲਬ ਇੱਕ ਗੁਰਪੁਰਬ ਦੇ ਉੱਪਰ ਉਹ ਕਰਦੇ ਨੇ ਹਾਂਜੀ ਜੀ 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 ਤੁਹਾਡੇ ਹੋਰ ਕਿਹੜੇ ਪ੍ਰੋਜੈਕਟਸ ਚੱਲ ਰਹੇ ਨੇ ਐਂਡ ਪਰਸਨਲੀ ਗੁਰਮੋਹ ਦਾ ਕੀ ਟੇਸਟ ਹੈਗਾ ਕਿ ਯੈਸ ਕਿ ਹੁਣ ਡਿਫਰੈਂਸ ਕਿਉਂਕਿ ਲੋਕ ਬਹੁਤ ਡਿਮਾਂਡਿੰਗ ਨੇ ਦਿਨ ਦੇ ਵਿੱਚ ਬਹੁਤ ਸਾਰੇ ਗਾਣੇ ਰਿਲੀਜ਼ ਹੋ ਰਹੇ ਹੁੰਦੇ ਨੇ ਔਰ ਹਰ ਇੱਕ ਦੀ ਆਪਣੀ ਪਸੰਦ ਹੈ ਸੋ ਗੁਰਮੋਹ ਮਿਊਜ਼ਿਕ ਦੇ ਉੱਪਰ ਕਿਹੜੀਆਂ ਵੇਰੀਏਸ਼ਨਸ ਦੇ ਉੱਪਰ ਕੰਮ ਕਰ ਰਹੇ ਨੇ ਕਿ ਯੈਸ ਜਦ ਗੁਰਮੋਹ ਦਾ ਜ਼ਿਕਰ ਆਵੇ ਕਿ ਹਰ ਵਾਰੀ ਲੱਗੇ ਦੈਟ ਇਸ ਵਾਰੀ ਗਾਣੇ ਦੇ ਵਿੱਚ ਅਲੱਗ ਵੇਰੀਏਸ਼ਨ ਸੀਗੀ ਨੈਕਸਟ ਸੌਂਗ ਦੇ ਵਿੱਚ ਅਲੱਗ ਵੇਰੀਏਸ਼ਨਸ ਆ ਐਕਚੁਅਲੀ ਤੁਸੀਂ ਜਿੱਦਾਂ ਬੈਚ 2013 ਦੀ ਗੱਲ ਕੀਤੀ ਹੈ ਉਹਦੇ ਵਿੱਚ ਵੀ ਜਿਹੜੇ ਟਰੈਕ ਕੀਤੇ ਹੈਗੇ ਆ ਮਤਲਬ ਉਹ 'ਚ ਵੀ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਅਤੇ ਉਹ ਮਤਲਬ ਪਸੰਦ ਕਰ ਰਹੇ ਨੇ ਲੋਕ ਲੱਡੂ ਬਰਫੀ ਗਾਣਾ ਇੱਕ ਬਹੁਤ ਐਕਸਪੈਰੀਮੈਂਟਲ ਟਰੈਕ ਹੈਗਾ ਉਹ ਵੀ ਆ ਅਤੇ ਨੈਕਸਟ ਪ੍ਰੋਜੈਕਟ ਵੀ ਇੱਕ ਦੋ ਫਿਲਮਾਂ ਦੇ ਹੈਗੇ ਆ ਉਹਦੇ ਵਿੱਚ ਵੀ ਇਹੀ ਜ਼ੋਰ ਲੱਗਦਾ ਹੁੰਦਾ ਮੇਰਾ ਤਾਂ ਕਿ ਮੇਰਾ ਗਾਣਾ ਪਿਛਲੇ ਨਾਲ ਨਾ ਮਿਲੇ ਮੇਰਾ ਤਾਂ ਇਹੀ ਹੁੰਦਾ ਮਤਲਬ ਫੀਲ ਕਿ ਇੱਕ ਤਾਂ ਸਾਊਂਡ ਸੋਹਣਾ ਹੋਵੇ ਅਤੇ ਕੁਛ ਨਵਾਂ ਜਿਹਾ ਕ੍ਰੀਏਟ ਕਰ ਹੋ ਜੇ ਆਲਵੇਜ਼ ਇਹੀ ਪੰਗੇ ਜੇ ਅਤੇ ਐਨਰਜੀ ਮੇਰੀ ਉੱਧਰ ਹੀ ਹੁੰਦੀ ਆ ਲੈਟਸ ਸੀ ਬਣਦਾ ਕਿ ਨਹੀਂ ਬਣਦਾ ਜਦੋਂ ਦਿਲਜੀਤ ਨਾਲ ਕੰਮ ਕਰਦੇ ਹੈਗੇ ਉਹਨਾਂ ਦੀ ਇੱਕ ਅਲੱਗ ਵਾਈਬ ਹੈ ਇੱਕ ਅਲੱਗ ਐਨਰਜੀ ਹੈਗੀ ਹੈ ਕਿੰਨਾ ਕੁ ਫਰੀਡਮ ਮਿਊਜ਼ਿਕ ਡਾਇਰੈਕਟਰ ਨੂੰ ਮਿਲ ਜਾਂਦਾ ਹੈਗਾ ਔਰ ਕਿੰਨਾ ਕੁ ਮਿਊਜ਼ਿਕ ਡਾਇਰੈਕਟਰ ਕੰਫਰਟੇਬਲ ਉਹ ਫੀਲ ਕਰਾ ਦਿੰਦੇ ਕਿ ਯੈਸ ਦਿਲਜੀਤ ਹੈ ਰਿਲੈਕਸਡ ਹੈਗਾ ਮੈਂ ਜੋ ਕੰਮ ਕਰਾਂਗਾ ਡੈਫੀਨੇਟਲੀ ਉਹ ਦਿਲਜੀਤ ਦੇ ਟੇਸਟ ਦਾ ਐਕਚੁਅਲੀ ਦਿਲਜੀਤ ਭਾਈ ਨਾਲ ਜਦੋਂ ਰਿਕਾਰਡ ਕਰਦੇ ਹਾਂ ਕੁਛ ਇਦਾਂ ਨਹੀਂ ਹੁੰਦਾ ਉਹ ਇਦਾਂ ਹੁੰਦਾ ਕਿ ਟਰੈਕ ਪਸੰਦ ਆ ਭਾਜੀ ਨੂੰ ਅਤੇ ਉਹਨਾਂ ਨੇ ਕਹਿਣਾ ਭਾਜੀ ਦੱਸੋ ਕਿੱਥੇ ਗਲਤ ਆ ਕਿੱਥੇ ਨਹੀਂ ਆ ਮਤਲਬ ਉਹ ਇੱਦਾਂ ਕੁਛ ਪ੍ਰੈਸ਼ਰ ਵਾਲੀ ਗੱਲ ਨਹੀਂ ਲੱਗਦੀ ਜਦੋਂ ਆਪਾਂ ਗਾਣਾ ਰਿਕਾਰਡ ਕਰਦੇ ਹਾਂ ਅਤੇ ਮਤਲਬ ਭਾਜੀ ਵੱਲੋਂ ਹੁੰਦਾ ਕਿ ਯਾਰ ਮੈਨੂੰ ਦੱਸੋ ਮੈਂ ਕਿੱਥੇ ਸਹੀ ਨਹੀਂ ਗਾਇਆ ਕਿੱਦਾਂ ਹੈਗਾ ਅਤੇ ਸਾਰਾ ਜੋ ਸਾਨੂੰ ਲੱਗਦਾ ਹੁੰਦਾ ਕਿ ਭਾਜੀ ਆਹ ਇਹਨੂੰ ਜੋ ਥੋੜ੍ਹਾ ਇੱਦਾਂ ਕਰ ਲਓ ਅਤੇ ਭਾਜੀ ਉਹਦੀਆਂ ਦੋ ਤਿੰਨ ਆਪਸ਼ਨਾਂ ਹੋਰ ਦੇ ਦਿੰਦੇ ਆ ਜਿਹੜੀ ਕਿ ਆਲਵੇਜ਼ ਵਧੀਆ ਗੱਲ ਹੁੰਦੀ ਇੱਕ ਸੰਗੀਤਕਾਰ ਲਈ ਜੇ ਤੁਸੀਂ ਜੋ ਦੱਸਦੇ ਹੋ ਤੁਹਾਨੂੰ ਚਾਰ ਆਪਸ਼ਨਾਂ ਮਿਲ ਜਾਂਦਾ ਉਹ ਮਤਲਬ ਮੇਰੇ ਵਰਗੇ ਤਾਂ ਛਾਲਾ ਹੀ ਮਾਰਨ ਲੱਗ ਪੈਂਦਾ ਹੈਗਾ ਕਿ ਅੱਛਾ ਯਾਰ ਇੱਦਾਂ ਸਹੀ ਇੱਦਾਂ ਹੋ ਗਿਆ ਅਤੇ ਉਹ ਆਲਵੇਜ਼ ਗੁੱਡ ਫੀਲ ਹੁੰਦਾ ਉਹ ਚੀਜ਼ ਮਤਲਬ ਹੁਣ ਤੱਕ ਜਿੰਨਾ ਕੰਮ ਗੁਰਮੋਹ ਨੇ ਕੀਤਾ ਬੈਸਟ ਕਿਹੜਾ ਆਰਟਿਸਟ ਲੱਗਿਆ ਹੈਗਾ ਕਿ ਜਿਹਦੇ ਨਾਲ ਕੰਮ ਕਰਕੇ ਨਜ਼ਾਰਾ ਹੀ ਆ ਗਿਆ ਨਜ਼ਾਰਾ ਐਕਚੁਅਲੀ ਮੈਂ ਫਰੈਂਕਲੀ ਦੱਸਾਂ ਮੈਨੂੰ ਜਿੱਦਾਂ ਮੈਨੂੰ ਮਿਊਜ਼ਿਕ ਨਾਲ ਪਿਆਰ ਆ ਅਤੇ ਜਦੋਂ ਕੋਈ ਵੀ ਬੰਦਾ ਆਰਟਿਸਟ ਤਾਂ ਉਹ ਮਤਲਬ ਆਪਾਂ ਕਹਿ ਲਈਏ ਲੋਕ ਉਹਨੂੰ ਪਛਾਣਦੇ ਆ ਜਾਂ ਨਹੀਂ ਪਛਾਣਦੇ ਕੋਈ ਵੀ ਸੁਰ 'ਚ ਗਾ ਦੇਵੇ ਮੈਂ ਉਹ 'ਚ ਇੰਨਾ ਜ਼ਿਆਦਾ ਖੁਸ਼ ਹੋ ਜਾਂਦਾ ਨਾ ਕਿ ਯਾਰ ਹੀ ਇਜ਼ ਅ ਵੈਰੀ ਗੁੱਡ ਸਿੰਗਰ ਅਤੇ ਮੇਰੀ ਉਹ 'ਚ ਮਤਲਬ ਮਨ ਤ੍ਰਿਪਤੀ ਹੋ ਜਾਂਦੀ ਕਿ ਹਾਂ ਵੀ ਬਹੁਤ ਵਧੀਆ ਆ ਸੋ ਹਰ ਆਰਟਿਸਟ ਜਿੰਨਾ ਨਾ ਮੈਂ ਕੰਮ ਕੀਤਾ ਅਤੇ ਮੈਨੂੰ ਸਵਾਦ ਵਾਲਾ ਹੀ ਕੀਤਾ ਹੈਗਾ ਮਤਲਬ ਉਹ ਇੱਕ ਬਾਬੇ ਵੱਲੋਂ ਬਲੈਸਿੰਗ ਜੀ ਰਹੀ ਆ ਕਿ ਚੰਗੇ ਨਾਲ ਹੋਇਆ ਕੰਮ ਚੰਗੇ ਗਵਾਈਆਂ ਨਾਲ ਕੀਤਾ ਕੰਮ ਮਤਲਬ ਬਹੁਤ ਵਧੀਆ ਇੱਕ ਹੈਗਾ ਉਹ ਥੈਂਕ ਯੂ ਸੋ ਮਚ ਜਲਦੀ ਫਿਰ ਤੋਂ ਮੁਲਾਕਾਤ ਕਰਨਾ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਸਾਡੇ ਨਾਲ ਸਵਾਸਤਿਕ ਦੀ ਸਵਾਸਤਿਕ ਕਿਵੇਂ ਦੀ ਲੱਗੀ ਮਾਂ ਦਾ ਲਾਡਲਾ ਫਿਲਮ ਦੀ ਸ਼ੂਟਿੰਗ ਕਿਦਾਂ ਦੀ ਰਹੀ मुझे फनी लगी और बहुत अच्छी लगी। अच्छा जब ट्रेलर बाहर आया था ट्रेलर लोगों ने देखा तो क्या क्या कॉम्प्लीमेंट्स मिले थे जब स्कूल गए थे तब लोगों ने क्या कॉम्प्लीमेंट्स दिए मैम ने कहा आपका आपका ट्रेलर बहुत अच्छा है सारे फ्रेंड्स ने कहा वो तो मेरी एक्टिंग ही करने लग गया ओके सो फ्रेंड्स ने एक्टिंग की फिर ये होता था स्कूल में सबसे ज्यादा प्रायोरिटी आपको क्लास में दी जाती थी स्वास्तिक है इसको ऑनर करना है सबका फेवरेट सब टीचर्स का फेवरेट स्टूडेंट हो गया स्वास्तिक ओके सो जब शूट चल रहा था सबसे ज्यादा मजा किसके साथ सीन करने में आता था
वो करते थे, उन्होंने मुझे डायलॉग से रखा है ओ माय गॉड जिला ओके और याद नहीं आ रहा बोले माय लिप्स आई लव अंकल चिप्स ओके और डायलॉग्स तो बहुत सारे आपके वायरल हो रहे हैं ना नीरू जी ने आपके साथ इंस्टा पे रील भी डाली थी सो जब नीरू मैम का सीन चल रहा था तो उनके साथ सीन होता था कभी कभी ऐसा होता था कि अब मैं शरारत कर दूं कोई भी शरारत है वो कार में सीन है वो कार चला रहे नहीं है ओके ट्रक पे खड़ी हुई है अच्छा हाँ तो वैसे तो ट्रैक्टर आप भी नहीं चला रहे अभी बस स्टीयरिंग है वो तो वो ऐसी है पर कार जो चल रही है वो उसके ऊपर चल रही है ओके तो पुतो जट्टा ने बुलाते बकरे हाँ ओके डायलॉग हो जाए फिर ठीक है असी जट्टा और पुतो जट्टा ने बुलाते बकरे पुतो जट्टा ने बुलाते बकरे All the best of film देखने का फिर से बात करते हैं। सोसाइटी ना लेकिन जस्ट बाजवा जस्ट बहुत-बहुत स्वागत है देसी चैनल तक कितना बहुत बढ़िया जी सो तरसेम जसड़ ਦਾ ਇੱਕ ਵੱਖਰਾ ਅਵਤਾਰ ਮਾਂ ਦਾ ਲਾਡਲਾ ਦੇ ਵਿੱਚ ਇੱਕ ਹੋਇਆ ਕਿਦਾਂ ਦਾ ਤੁਹਾਨੂੰ ਲੱਗ ਰਿਹਾ ਸ਼ੌਕਿੰਗ ਹੈ ਬਹੁਤ ਜ਼ਿਆਦਾ ਬਟ ਹੈ ਬਹੁਤ ਕਮਾਲ ਦਾ ਮਤਲਬ ਪਾਕਿਸਤਾਨ ਵਾਲੇ ਜਿਹੜੇ ਕਿਰਦਾਰ ਨੇ ਜਾਂ ਜਿਹੜੇ ਐਕਟਰ ਨੇ ਉਹਨਾਂ ਦੇ ਲੈਵਲ ਦੀ એનર્ਜੀ ਬਾਈ ਨੇ ਕਮਾਲ ਕਰਤਾ ਨੀਰੂ ਜੀ ਸਪੈਸ਼ਲੀ ਉਹ ਬੱਚਾ ਜਿਹੜਾ ਛੋਟਾ ਉਹ ਬਹੁਤ ਵਧੀਆ ਸਾਰੀ ਟੀਮ ਜੱਗੀ ਉਹਦੇ ਆਲਵੇਸ ਹਮੇਸ਼ਾ ਉਹ ਜਿਹੜੀ ਮਿਹਨਤ ਹੈ ਸਾਰੀ ਟੀਮ ਦੀ ਉਹ ਸਕਰੀਨ ਤੇ ਦਿਖ ਰਹੀ ਹੈ ਤੇ ਮਨਪ੍ਰੀਤ ਜੋਲ ਵਿਲੀ ਜਾਂਦਾ ਉਹ ਕੋ ਸਾਡੀ ਸਾਡੀ ਟੀਮ ਹੈ ਸਾਡੇ ਭਰਾ ਨੇ ਸਾਰੇ ਤੇ ਮਿਹਨਤੀ ਨੇ ਤੇ ਉਹ ਮਿਹਨਤ ਦਿਖ ਰਹੀ ਹੈ ਇੱਥੇ ਕਿਹੜਾ ਐਸਾ ਕਿਰਦਾਰ ਦੇ ਵਿੱਚ ਜਿਹੜੀ ਚੀਜ਼ ਹੈਗੀ ਹੈ ਉਹ ਤਰਸੇਮ ਦੇ ਵਿੱਚ ਹੈਗੀ ਹੈ ਇਹ ਤਾਂ ਪਤਾ ਹੀ ਹੈ ਕਿ ਬਿਲਕੁਲ ਆਪੋਜ਼ਿਟ ਹੈ ਤਰਸੇਮ ਤੋਂ ਪਰ ਇੱਕ ਕੁਆਲਿਟੀ ਜਿਹੜੀ ਤਰਸੇਮ ਜੱਸੜ ਦੇ ਵਿੱਚ ਹੈਗੀ ਹੈ ਆਪਣੀ ਕੁਆਲਿਟੀ ਹੁਣ ਇਹ ਹੈ ਕਿ ਬਾਈ ਇੱਕ ਬਾਕਮਾਲ ਐਕਟਰ ਬਣ ਗਿਆ ਉਹ ਸ਼ੇਡ ਚੇਂਜ ਕੀਤੀ ਬਾਈ ਨੇ ਜਿੱਦਾਂ ਦਾ ਬਾਈ ਦਾ ਔਰਾ ਸੀਗਾ ਤੇ ਹੁਣ ਜਿਹੜੀ ਸਕਰੀਨ ਤੇ ਆਪਾਂ ਬਾਈ ਦੀ ਇਮੇਜ ਜਾਂ ਇੱਕ ਕਿਰਦਾਰ ਦੇਖ ਰਹੇ ਹਾਂ ਉਹਦੇ ਦੇ ਵਿੱਚ ਵੜਿਆ ਹੋਇਆ ਤੇ ਇਹ ਬੜੀ ਕਮਾਲ ਦੀ ਗੱਲ ਹੈ ਤੇ ਬਹੁਤ ਬਿਹਤਰੀਨ ਤਰੀਕੇ ਨਾਲ ਕਰ ਰਿਹਾ ਹੈ ਤੇ ਬਿਲਕੁਲ ਵੀ ਇਦਾਂ ਲੱਗ ਨਹੀਂ ਰਿਹਾ ਕਿ ਬਾਈ ਦੀ ਜਿਹੜੀ ਉਹ ਉਮੀਦ ਸੀ ਤੇ ਹੁਣ ਬਾਈ ਕੀ ਕਰ ਰਿਹਾ ਬਹੁਤ ਵਧੀਆ ਸੀਰੀਅਸਲੀ ਮੈਨੂੰ ਦਿਲੋਂ ਬਹੁਤ ਖੁਸ਼ੀ ਹੈ ਕਿ ਬਹੁਤ ਬਹੁਤ ਹੀ ਵਧੀਆ ਕੰਮ ਕੀਤਾ ਬਿਲਕੁਲ ਜਸ ਤੁਹਾਡੇ ਕਿਹੜੇ ਅਪਕਮਿੰਗ ਪ੍ਰੋਜੈਕਟਸ ਤੁਹਾਡੀ ਫਿਲਮ ਦੀ ਕੋਈ ਸਾਡਾ ਸੇਮ ਟੀਮ ਨਾਲ ਉਹਦੇ ਤੇ ਜੱਗੀ ਚੱਲ ਜਿੰਦੀ ਹੈ ਅਗਲਾ ਪ੍ਰੋਜੈਕਟ ਹੈ ਤੇ ਉਹ ਅਕਤੂਬਰ ਦੇ ਵਿੱਚ ਅਸੀਂ ਉਹਨੂੰ ਰਿਲੀਜ਼ ਕਰਾਂਗੇ ਦੇਖ ਸਕਦੇ ਹਾਂ ਜਿਵੇਂ ਜਿਵੇਂ ਹੁਣ ਸਾਰਿਆਂ ਦੇ ਕਿਰਦਾਰ ਅਲੱਗ-ਅਲੱਗ ਹੋ ਰਹੇ ਨੇ ਜਸ ਬਾਜਵਾ ਦੇ ਵੇਰੀਏਸ਼ਨਸ ਦੇਖਣ ਉਹ ਡੈਫੀਨਿਟਲੀ ਉਹਦੇ ਵਿੱਚ ਬਹੁਤ ਅੱਡ ਹੈ ਉਹ ਆਊਗਾ ਜਦੋਂ ਟ੍ਰੇਲਰ ਫਿਲਮ ਦਾ ਟ੍ਰੇਲਰ ਤਾਂ ਮਤਲਬ ਵੱਡੀ ਹੈ ਗੱਲ ਜਦੋਂ ਪੋਸਟਰ ਉਹਦਾ ਰਿਲੀਜ਼ ਹੋਊਗਾ ਤਾਂ ਕਾਫੀ ਜ਼ਿਆਦਾ ਮੈਨੂੰ ਲੱਗਦਾ ਕਿ ਜਿਹੜੇ ਲੋਕ ਪਿਆਰ ਕਰਨਗੇ ਉਸ ਚੀਜ਼ ਮਿਲਦੇ ਜਲਦੀ ਫਿਰ ਚੱਲ ਜਾਂਦੀ ਬਹੁਤ ਮਿਹਰਬਾਨੀ ਥੈਂਕ ਯੂ ਸੋ ਮਚ ਸੋ ਸਾਡੇ ਨਾਲ ਨੇ ਜਗਦੀਪ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਮੁਬਾਰਕਾਂ ਫਾਈਨਲੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈਗੀ ਹੈ ਔਰ ਇਹ ਫਿਲਮ ਦੇਖਣ ਤੋਂ ਬਾਅਦ ਮੇਰਾ ਇੱਕ ਇਹ ਜ਼ਰੂਰ ਸਵਾਲ ਹੈ ਕਿ ਜਦੋਂ ਫਿਲਮ ਲਿਖਣੀ ਸ਼ੁਰੂ ਕੀਤੀ ਸੀ ਉਦੋਂ ਤਰਸੇਮ ਜੱਸੜ ਨੂੰ ਸਾਹਮਣੇ ਰੱਖਿਆ ਸੀਗਾ ਕਿ ਤਰਸੇਮ ਜੱਸੜ ਨੂੰ ਸੋਚ ਕੇ ਫਿਲਮ ਰੱਖੀ ਸੀ ਕਿਉਂਕਿ ਤਰਸੇਮ ਜੱਸੜ ਤੋਂ ਅਸੀਂ ਨਾ ਐਸੀ ਨਹੀਂ ਸੋਚੀ ਸੀਗੀ ਜੋ ਔਰ ਜਿਸ ਬਖੂਬੀ ਨਾਲ ਉਹਨਾਂ ਨੇ ਆਪਣੇ ਕਿਰਦਾਰ ਨਾਲ ਜਸਟੀਫਿਕੇਸ਼ਨ ਕੀਤੀ ਹੈ ਉਹ ਵੀ ਮਾਰਵਲਸ ਅਸਲ 'ਚ ਨਾ ਇਹ ਫਿਲਮ ਦਾ ਆਈਡੀਆ ਮੈਂ ਕਹਿ ਸਕਦਾ ਵੀ ਮੇਰੇ ਕੋਲ ਕਾਫੀ ਟਾਈਮ ਪਹਿਲਾਂ ਸੀ ਪਰ ਫਿਲਮ ਲਿਖੀ ਮੈਂ ਤਰਸੇਮ ਬਾਈ ਨੂੰ ਮੱਦੇ ਨਜ਼ਰ ਰੱਖੀ ਕਿਉਂਕਿ ਅਸੀਂ ਸਾਰੀ ਟੀਮ ਇਕੱਠੀ ਹੁੰਦੇ ਹਾਂ ਜਦੋਂ ਲਿਖਦੇ ਹਾਂ ਬਾਈ ਹੋਣਾ ਵਾਰੀ ਵਧੀਆ ਸਾਂਝ ਆ ਤਾਂ ਲਿਖਦੇ ਸਮੇਂ ਲਿਖਦੇ ਪ੍ਰੋਸੈਸ 'ਚ ਵੀ ਬਾਈ ਨਾਲ ਸੀਗੇ ਤਾਂ ਇਸ ਕਰਕੇ ਫਿਰ ਬਾਈ ਨੂੰ ਵੇਖ ਕੇ ਲਿਖੀ ਹੋਈ ਸਾਰਾ ਕਰੈਕਟਰ ਬਾਈ ਨੂੰ ਪਹਿਲੇ ਇੰਜੋਏ ਕੀਤਾ ਸਕ੍ਰਿਪਟ ਜਦੋਂ ਕਰ ਰਹੇ ਸੀ ਉਦੋਂ ਵੀ ਬਾਈ ਨਾਲ ਨਾਲ ਡਾਇਲੋਗ ਬੋਲਦੇ ਹੁੰਦੇ ਸੀ ਸਾਰਾ ਕੁਝ ਉਹਨਾਂ ਨੇ ਉਹ ਕਰੈਕਟਰ ਦੇ ਨਾਲ ਪਹਿਲੇ ਦਿਨ ਤੋਂ ਹੀ ਜੁੜ ਗਏ ਸੀ ਨਹੀਂ ਤੁਸੀਂ ਆਪ ਸੋਚੋ ਜਿੱਦਾਂ ਦੀ ਉਹਨਾਂ ਦੀ ਇਮੇਜ ਆ ਉਹਨੂੰ ਤੋੜਨਾ ਤਾਂ ਬਹੁਤ ਮੁਸ਼ਕਿਲ ਆ ਉਹਨਾਂ ਦੀ ਪ੍ਰੈਕਟਿਸ ਬਹੁਤ ਉਹਨਾਂ ਦੀ ਮਿਹਨਤ ਬਹੁਤ ਆ ਪਿਛਲੇ 2-3 ਮਹੀਨੇ ਤੋਂ 4 ਮਹੀਨੇ ਤੋਂ ਲਗਾਤਾਰ ਨਾਲ ਨਾਲ ਸੀ ਸਕ੍ਰਿਪਟ ਦੇ ਤਾਂ ਕਰਕੇ ਉਹ ਐਂ ਲੱਗਦਾ ਵੀ ਸੀਰੀਅਸ ਨਾਲ ਵੀ ਜ਼ਿਆਦਾ ਵਧੀਆ ਲੱਗੇ ਮੈਨੂੰ ਤੇ ਇੱਚ ਓਕੇ ਜਦੋਂ ਫਿਲਮ ਵਾਚ ਕੀਤੀ ਉਸ ਤੋਂ ਬਾਅਦ ਐਜ਼ ਅ ਵਿਊਰ ਕੀ ਥਾਟ ਪ੍ਰੋਸੈਸਿੰਗ ਇਜ਼ ਯੈਸ ਦ ਸੇਮ ਜਸ ਆ ਨੇਲਡ ਇਟ ਕਿਦਾਂ ਮੈਂ ਕਿਹਾ ਜਦੋਂ ਤੁਸੀਂ ਐਜ਼ ਅ ਵਿਊਰ ਫਿਲਮ ਦੇਖ ਰਹੇ ਸੀ ਕਿ ਤੁਹਾਨੂੰ ਲੱਗਿਆ ਨਾ ਕਿ ਦ ਸੇਮ ਜਸਨ ਨੇ ਜਸਟਿਸ ਕਰਤਾ ਆਪਣੇ ਕਿਤਾਬ ਜੀ 100% ਜਸਟਿਸ ਕੀਤਾ ਮਤਲਬ ਕਿ ਕਮਾਲ ਕੀਤੀ ਮੈਂ ਤਾਂ ਹੁਣ ਜਾ ਕੇ ਬਾਈ ਨੂੰ ਫੋਨ ਕਰੂੰਗਾ ਕਿ ਬਾਈ ਇਦਾਂ ਦੀ ਇੱਕ ਹੋਰ ਕਰਦੇ ਆਪਾਂ ਮਤਲਬ ਮੈਂ ਤਾਂ ਕਮਾਲ ਕਰਤੀ ਬਾਈ ਬਾਈ ਨੇ ਬਹੁਤ ਔਰ ਇੰਨੇ ਸੀਨੀਅਰ ਐਕਟਰ ਹੋਣ ਜਦੋਂ ਨਾਲ ਔਰ ਸਾਰੇ ਕਮੇਡੀ ਦੇ ਬਾਦਸ਼ਾਹ ਚਾਹੇ ਨਸੀਮ ਭਾਜੀ ਠਾਕੁਰ ਸਾਹਿਬ ਕੇਸਰ ਸਾਹਿਬ ਸੁੱਖੀ ਭਾਜੀ ਰੂਪੀ ਦੀਦੀ ਰੂਪੀ ਗਿੱਲ ਕਿੱਡੀ ਕਮਾਲ ਦੀ ਐਕਟਰ ਆ ਨੀਰੂ ਮੈਡਮ ਕਿੰਨੇ ਵਧੀਆ ਐਕਟਰ ਨੇ ਤਰਸੇਮ ਬਾਈ ਨੂੰ ਸ਼ੇਡ ਤੋੜਨ ਦੀ ਬੜਾ ਵੱਡਾ ਚੈਲੰਜ ਸੀ ਪਰ ਉਹਨਾਂ ਨੇ ਐਡਾ ਕਮਾਲ ਤੋੜਿਆ ਲੱਗਦਾ ਨਹੀਂ ਕਿ ਪਹਿਲਾਂ ਉਹਨਾਂ ਨੇ ਇਦਾਂ ਦਾ ਕੋਈ ਰੋਲ ਨਹੀਂ ਕੀਤਾ ਐਂ ਲੱਗਦਾ ਵੀ ਇਹ ਬਣੇ ਹੀ ਇਸ ਕਰੈਕਟਰ ਲਈ ਇਸ ਫਿਲਮ ਦੇ ਵਿੱਚ ਚਾਈਲਡ ਆਰਟਿਸਟ ਦੀ ਬੜਾ ਇੰਪੋਰਟੈਂਟ ਰੋਲ ਹੈਗਾ ਸਵਾਸਤਿਕ ਨੂੰ ਜਦੋਂ ਸਿਲੈਕਟ ਕੀਤਾ ਸੀਗਾ ਉਸ ਟਾਈਮ ਦੇ ਉੱਪਰ ਕਿਹੜੀਆਂ ਚੀਜ਼ਾਂ ਸੋਚੀਆਂ ਸੀਗੀਆਂ ਕੀ ਨਰਵਸਨੈਸ ਸੀਗੀ ਕਿ ਮੇਰੀ ਫਿਲਮ ਦਾ ਇੱਕ ਇੰਪੋਰਟੈਂਟ ਹਿੱਸਾ ਹੈ ਕਿਤੇ ਐ ਨਾ ਹੋਵੇ ਕਿ ਇਹਦੇ ਕਰਕੇ ਫਿਲਮ ਵੀਕ ਹੋ ਜਾਏ ਲੇਕਿਨ ਸਵਾਸਤਿਕ ਨੇ ਬਹੁਤ ਖੂਬਸੂਰਤ ਕੰਮ ਕੀਤਾ ਜੇ ਸਾਨੂੰ ਬੱਚਾ ਨਾ ਵਧੀਆ ਮਿਲਦਾ ਹੀ ਫਿਲਮ ਹੀ ਨਾ ਕਰਦੇ ਅਸੀਂ ਬੱਚੇ ਦੀ ਤਲਾਸ਼ ਸਾਨੂੰ ਪਹਿਲਾਂ ਤੋਂ ਸੀਗੀ ਔਰ ਕਿਉਂਕਿ ਮੈਂ ਇੱਕ ਫਿਲਮ ਕੀਤੀ ਹੈ ਬੱਚੇ ਨਾਲ ਮੈਨੂੰ ਪਤਾ ਕੀ ਕੀ ਮੁਸ਼ਕਿਲਾਂ ਆ ਜਾਂਦੀਆਂ ਤੇ ਸਵਾਸਤਿਕ ਆਇਆ ਇਹਨੇ ਪਹਿਲੇ ਦਿਨ ਆਡੀਸ਼ਨ ਦਿੱਤਾ ਮੁੰਡੇ ਨੇ ਮੈਨੂੰ ਉਹਦੀ ਸਭ ਤੋਂ ਕਮਾਲ ਗੱਲ ਲੱਗੀ ਜਿਸ ਦਿਨ ਮੈਂ ਤਾਂ ਆਡੀਸ਼ਨ ਕੀਤਾ ਪਹਿਲੇ ਦਿਨ
मैं ओदी नाल दी ना डायलॉग लिख के दिते सी, मैं ख्याल याद कर ला घंटे दो घंटे ला के, पांच मिनट नहीं लाए उन्हें तो मैंने डायलॉग बोल के सुनाता। मैं क्या जो बंद माइंड इन्ना शार्प है, मैं एक्टर पास असं नाल दिन सिलेक्ट किया तो उन्हें कमाल की भी हंगारा देता पास करता तो डेफिनेटली आप अगली फिल्म इदा तरसेम भाई मां लाला टू ही ले आवे पक्का ही लेके आवे। थैंक यू सो मच। मन्ना मान जी बहुत बहुत स्वागत है। सत श्री अकाल जी। ਕਿਵੇਂ ਲੱਗੀ ਮਾਂ ਦਾ ਲਾਡ? ਬਹੁਤ ਜ਼ਿਆਦਾ ਵਧੀਆ। ਔਰ ਵਾਕਈ ਲਾਡਲੀ ਫਿਲਮ ਆ, ਵਾਕਈ ਲਾਡਲੀ ਫਿਲਮ ਆ। ਔਰ ਸਾਰਿਆਂ ਨੂੰ ਬੇਨਤੀ ਆ ਤੁਸੀਂ ਸਾਰੇ ਆਓ, ਇੱਕ ਪਰਿਵਾਰਕ ਮੂਵੀ ਆ, ਸਿਚੁਏਸ਼ਨਲ ਕਾਮੇਡੀ ਆ, ਉਹਦੇ ਨਾਲ ਤੁਹਾਨੂੰ ਇਮੋਸ਼ਨਲ ਵੀ ਕਰਦੀ ਆ। ਔਰ ਇਹਦੇ ਵਿੱਚ ਸਾਰਿਆਂ ਅਦਾਕਾਰਾਂ ਦੇ ਕੰਮ ਬਹੁਤ ਵਧੀਆ, ਔਰ ਖਾਸ ਕਰਕੇ ਡਾਇਰੈਕਟਰ ਸਾਡੇ ਵੀਰਾ ਉਹਦੇ ਭਾਅ ਜੀ, ਉਹਨਾਂ ਦਾ ਕੰਮ ਬਾ ਕਮਾਲ ਆ। ਉਹਨਾਂ ਨੇ ਜਿਸ ਤਰੀਕੇ ਨਾਲ ਮੂਵੀ ਸ਼ੁਰੂ ਕੀਤੀ ਆ ਔਰ ਜਿੱਦਾਂ ਐਂਡ ਕੀਤਾ ਆ, ਔਰ ਇਹਦੇ ਵਿੱਚ ਬੱਚੇ ਦਾ ਕੰਮ ਬਹੁਤ ਵਧੀਆ। ਨੀਰੂ ਬਾਜਵਾ ਮੈਂ ਜਦੋਂ ਮੈਂ ਦੱਸ ਕੇ ਸੀ ਮੇਰੀ ਫੇਵਰੇਟ ਆ, ਉਹਦਾ ਤੇ ਉਹ ਸਭ ਦੇ ਫੇਵਰੇਟ ਆ, ਤੇ ਉਹਨਾਂ ਨੇ ਬਹੁਤ ਬਹੁਤ ਖੂਬਸੂਰਤ ਲੱਗ ਰਿਹਾ ਵਿੱਚ ਉਹਦੇ। ਔਰ ਜੱਸੜ ਬਾਈ ਦਾ ਤਾਂ ਕੰਮ ਪਹਿਲੀ ਵਾਰੀ ਜੱਸੜ ਬਾਈ ਦਾ ਲੱਗਿਆ ਵੀ ਹਾਂ ਵੀ ਆਪਣੇ ਸੁਭਾਅ ਤੋਂ ਕੁਝ ਹਟ ਕੇ ਉਹਨਾਂ ਨੇ। ਓਕੇ ਓਕੇ ਤੁਸੀਂ ਉਹਨਾਂ ਨਾਲ ਬੜੇ ਨਜ਼ਦੀਕ ਹੈ ਨਾ, ਤਰਸੇਮ ਜੱਸੜ ਨਾਲ ਰਹਿੰਦੇ ਹੋ, ਬਹੁਤ ਰਾਬਤਾ ਰਹਿੰਦਾ ਹੈ। ਭਾਜੀ ਨਾ ਮੈਂ ਘੱਟ ਹੀ ਮਿਲਿਆ ਕਦੀ, ਤੇ ਪਰ ਉਹਦੇ ਵੀਰੇ ਹੁਣਾਂ ਨਾਲ ਆਪਣਾ ਕਾਫੀ ਪਿਆਰ ਹੈ। ਤਰਸੇਮ ਜੱਸੜ ਦੀ ਕੀ ਇਸ ਫਿਲਮ ਤੋਂ ਦੇਖਣ ਤੋਂ ਪਹਿਲੇ ਤੁਹਾਡੇ ਮਾਈਂਡ ਦੇ ਵਿੱਚ ਕੀ ਇਮੇਜ ਸੀ, ਔਰ ਫਿਲਮ ਦੇਖਣ ਤੋਂ ਬਾਅਦ ਕੀ ਆ ਗਿਆ? ਕੱਲਾ ਮੈਂ ਨਹੀਂ, ਮੈਨੂੰ ਲੱਗਦਾ ਜਿੰਨੇ ਵੀ ਆਪਾਂ ਪੰਜਾਬੀ ਹੈਗੇ ਆ ਤਰਸੇਮ ਬਾਈ ਬਾਰੇ ਬਹੁਤ ਰਿਜ਼ਰਵ ਜਿਹਾ ਸੋਚਦੇ ਹਨਾ ਕਿ ਰਿਜ਼ਰਵ ਆ, ਬਟ ਇਹਦੇ ਵਿੱਚ ਜਿਹੜਾ ਭਾਜੀ ਹੁਣਾਂ ਦਾ ਲੱਗਿਆ ਵੀ ਜਿੱਦਾਂ ਆਪਾਂ ਯਾਰਾਂ ਦੋਸਤਾਂ 'ਚ ਬਹਿ ਕੇ ਗੱਲਾਂ ਕਰਦੇ ਹਾਂ ਹਨਾ, ਅਤੇ ਕੀ ਖੱਪੀ ਜਿਹੇ ਹੁੰਦੇ ਹਾਂ, ਉਸ ਤਰੀਕੇ ਨਾਲ ਨਜ਼ਰ ਆਏ। ਬਹੁਤ ਵਧੀਆ ਲੱਗਿਆ ਕਿ ਇੱਕ ਨਵੀਂ ਚੀਜ਼ ਤਰਸੇਮ ਬਾਈ ਦੀ ਵੀ ਨਜ਼ਰ ਆਈ। ਤੁਹਾਡੇ ਗੀਤਾਂ ਦਾ ਸਿਲਸਿਲਾ ਕਦੋਂ ਦੁਬਾਰਾ ਦੇਖਣ ਨੂੰ ਮਿਲ ਰਿਹਾ, ਐਂਡ ਵਾਟ ਅਬਾਊਟ ਯੋਰ ਫਿਲਮਸ, ਕਿਹੜੀਆਂ ਫਿਲਮਸ ਦਾ ਸੋ ਪ੍ਰੋਜੈਕਟ ਸੋਚ ਰਹੇ ਹੋ? ਹਾਂ ਹੁਣ ਗੀਤ ਤਾਂ ਬੈਕ ਟੂ ਬੈਕ, ਹਾਂ ਇੱਕ ਜ਼ਰੂਰ ਆ, ਥੋੜ੍ਹਾ ਗੈਪ ਮੈਂ ਪਾ ਲਿਆ ਸੀਗਾ, ਬਟ ਨਾ ਹੁਣ ਆਪਾਂ ਦੁਬਾਰਾ ਹੋਪਫੁਲੀ ਕਿ ਆਪਾਂ 15-20 ਦਿਨਾਂ 'ਚ ਤੁਹਾਨੂੰ ਬੈਕ ਟੂ ਬੈਕ ਗੀਤ ਦੇਣੇ ਸ਼ੁਰੂ ਕਰਾਂਗੇ। ਔਰ ਹਾਂ ਦੋ ਫਿਲਮਾਂ ਮੈਂ ਆਲਰੇਡੀ ਕਰ ਚੁੱਕਾ ਹਾਂ, ਔਰ ਉਸ ਤੋਂ ਬਾਅਦ ਹੁਣ ਅਗਲੀਆਂ ਵੀ ਨਾਲ ਪਲੈਨਡ ਨੇ, ਅਤੇ ਜਲਦੀ ਪਰਮਾਤਮਾ ਨੇ ਚਾਹਿਆ ਤੇ ਜਲਦੀ ਮੁਲਾਕਾਤ ਕਰਦੇ ਫਿਰ ਜਦੋਂ ਤੁਹਾਡੇ ਕੰਮ ਆਉਂਦੇ ਨੇ ਮੇਰੇ ਕੋਲ। ਥੈਂਕ ਯੂ ਸੋ ਮਚ। ਥੈਂਕ ਯੂ। ਸੋ ਬਈ ਫਿਲਮ ਦੇਖ ਕੇ ਤਾਂ ਆ ਗਿਆ ਬਹੁਤ ਜ਼ਿਆਦਾ ਮਜ਼ਾ। ਸੋ ਤੁਸੀਂ ਜੇ ਵੀਕਐਂਡ ਦੇ ਉੱਪਰ ਪਲਾਨ ਕਰ ਰਹੇ ਹੋ ਇੱਕ ਕਾਮੇਡੀ ਫਿਲਮ, ਇੱਕ ਮੀਨਿੰਗਫੁਲ ਫਿਲਮ, ਇੱਕ ਫੈਮਲੀ ਫਿਲਮ, ਤਾਂ ਤੁਸੀਂ ਮਾਂ ਦਾ ਲਾਡਲਾ ਫਿਲਮ ਦੇਖ ਕੇ ਆ ਸਕਦੇ ਹੋ। ਅੱਜ ਲਈ ਇੰਨਾ ਹੀ, ਜਲਦੀ ਮੁੜ ਕੇ ਹਾਜ਼ਰ ਹੋਵਾਂਗੇ, ਤਦ ਤੱਕ ਲਈ ਤੁਹਾਡਾ ਅਤੇ ਮੇਰਾ ਰੱਬ ਰੱਖਾ।